ਅੱਜ ਲੁਧਿਆਣਾ ਦੇ ਨਿਊ ਪ੍ਰੇਮ ਨਗਰ ਵਿੱਚ ਦਕਸ਼ਿਨੇਸ਼ਵਰ ਮਹਾਦੇਵ ਮੰਦਿਰ ਵਿੱਚ ਸ਼ਿਵ ਪਰਿਵਾਰ ਦੀ ਸਥਾਪਨਾ ਪੂਰੇ ਪ੍ਰਾਣ ਪ੍ਰਤਿਸ਼ਠਾ ਨਾਲ ਕੀਤੀ ਗਈ। ਇਸ ਮੌਕੇ ਤੇ ਸ਼ਿਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਿੱਟੂ ਗੁੰਬਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਸਾਲ ਨਗਰ ਨਿਗਮ ਦੀ ਕਾਰਵਾਈ ਦੇ ਦੌਰਾਨ ਇੱਥੇ ਚਿੰਤਪੁਰਨੀ ਮੰਦਿਰ ਨੂੰ ਖੰਡਿਤ ਕੀਤਾ ਗਿਆ ਸੀ, ਜੋ ਕਿ ਬਹੁਤ ਹੀ ਦੁਖਦ ਪੂਰਨ ਘਟਨਾ ਰਹੀ। ਉੱਥੇ ਹੀ ਅੱਜ ਹਿੰਦੂ ਸਮਾਜ ਦੇ ਸੇਵਾਦਾਰਾਂ ਅਤੇ ਸੰਤਾਂ ਦੀ ਪਹਿਲਕਦਮੀ ਦੁਆਰਾ ਇੱਥੇ ਬਹੁਤ ਹੀ ਖੂਬਸੂਰਤ ਮੰਦਿਰ ਦੁਬਾਰਾ ਸਥਾਪਿਤ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਤੈ ਦਿਲ ਤੋਂ ਪੂਰੇ ਹਿੰਦੂ ਸਮਾਜ ਅਤੇ ਸੰਤ ਸਮਾਜ ਦਾ ਧੰਨਵਾਦ ਕਰਦੇ ਨੇ ਕਿ ਉਹਨਾਂ ਦੀ ਇਸ ਲੜਾਈ ਵਿੱਚ ਸਾਰਿਆਂ ਨੇ ਸਾਥ ਦਿੱਤਾ। ਅੱਜ ਪ੍ਰੇਮ ਨਗਰ ਵਿਖੇ ਜੋ ਕਿ ਪਿਛਲੇ ਸਾਲ ਕਾਰਪੋਰੇਸ਼ਨ ਨੇ ਜੋ ਹਿੰਦੂ ਸਮਾਜ ਨਾਲ ਧੱਕਾ ਕਰਕੇ ਇਸ ਮੰਦਿਰ ਸਥਾਨ ਨੂੰ ਤੋੜਿਆ ਸੀ ਔਰ ਮੂਰਤੀਆਂ ਨੂੰ ਤਹਿਸ ਨਹਿਸ ਕੀਤਾ ਸੀ, ਹਿੰਦੂ ਸਮਾਜ ਅਤੇ ਪੂਰੇ ਸੰਤ ਸਮਾਜ ਨੇ ਬਹੁਤ ਵੱਡੇ ਸੰਘਰਸ਼ ਦੇ ਨਾਲ ਜੋ ਜਿੱਤ ਪ੍ਰਾਪਤ ਕੀਤੀ ਸੀ, ਇਸ ਜਗ੍ਹਾ 'ਤੇ ਬਹੁਤ ਵੱਡੇ ਪੱਧਰ 'ਤੇ ਬਹੁਤ ਹੀ ਖੂਬਸੂਰਤ ਮੰਦਿਰ ਬਣ ਚੁੱਕਿਆ ਹੈ ਔਰ ਅੱਜ ਉਸ ਦੇ ਸਥਾਨ ਉੱਤੇ ਪੂਰੀ ਵਿਧੀ ਸਿੱਧੀ ਦੇ ਨਾਲ ਸੰਤ ਸਮਾਜ ਦੀ ਰਹਿਨੁਮਾਈ ਦੇ ਨਾਲ ਔਰ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸ਼ਿਵ ਪਰਿਵਾਰ ਸਥਾਪਿਤ ਕੀਤਾ ਗਿਆ। ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸੰਤ ਸਮਾਜ ਦਾ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੱਤਾ ਔਰ ਅੱਜ ਅਸੀਂ ਜਿੱਤ ਪ੍ਰਾਪਤ ਕਰਕੇ ਜੋ ਇਸ ਮੰਦਿਰ ਸਥਾਨ ਨੂੰ ਸਥਾਪਿਤ ਕੀਤਾ, ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਇੱਕ ਵਾਰ ਫਿਰ ਤੋਂ ਧੰਨਵਾਦ। ਜੈ ਸ਼੍ਰੀ ਕਿਸ ਤਰ੍ਹਾਂ ਦੇ ਪ੍ਰੀਤੀ ਪੂਜਾ ਰੱਖੀ ਜਾ ਰਹੀ ਹੈ? ਅੱਜ ਪ੍ਰੇਮ ਨਗਰ ਦੇ ਵਿੱਚ ਦਕਸ਼ਿਨੇਸ਼ਵਰੀ ਮਹਾਦੇਵ ਮੰਦਿਰ ਦੇ ਵਿੱਚ ਸ਼ਿਵ ਪਰਿਵਾਰ ਦਾ ਅਸੀਂ ਸਥਾਪਿਤ ਕਰ ਰਹੇ ਹਾਂ। ਇਹ ਮੰਦਿਰ ਜਿੱਦਾਂ ਕਿ ਸਾਰੇ ਸਮਾਜ ਹਿੰਦੂ ਸਮਾਜ ਨੂੰ ਪਤਾ, ਹਿੰਦੂ ਸਮਾਜ ਦੀ ਜਿੱਤ ਦਾ ਪ੍ਰਤੀਕ ਹੈ, ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਨਗਰ ਨਿਗਮ ਲੁਧਿਆਣਾ ਨੇ ਇੱਥੇ ਇੱਕ ਮੰਦਿਰ ਹੁੰਦਾ ਸੀ ਚਿੰਤਪੁਰਨੀ ਮਾਤਾ ਮੰਦਿਰ ਦੇ ਨਾਮ 'ਤੇ, ਉਹ ਮੰਦਿਰ ਨਗਰ ਨਿਗਮ ਨੇ ਤੋੜਤਾ ਸੀ ਅਤੇ 8 ਮਹੀਨੇ ਦੀ ਸੰਘਰਸ਼ ਕਰਕੇ 8 ਮਹੀਨੇ ਦੀ ਲੜਾਈ ਲੜ ਕੇ ਪੂਰੇ ਹਿੰਦੂ ਸਮਾਜ ਨੇ, ਪੂਰੇ ਲੁਧਿਆਣੇ ਵਾਸੀ ਨੇ ਨਗਰ ਨਿਗਮ ਤੋਂ ਇਹ ਜਗ੍ਹਾ ਅਸੀਂ ਸਰਕਾਰ ਤੋਂ ਲਿੱਤੀ ਸੀ। ਉਹਦਾ ਨਿਰਮਾਣ ਪਿਛਲੇ 2.5 ਸਾਲ ਤੋਂ ਚੱਲ ਰਿਹਾ ਸੀ, ਅੱਜ ਉਹਦਾ ਨਿਰਮਾਣ ਪੂਰਾ ਹੋ ਕੇ ਉਹਦੇ ਸ਼ਿਵ ਪਰਿਵਾਰ ਦੀ ਅੱਜ ਅਸੀਂ ਸਥਾਪਨਾ ਕੀਤੀ ਹੈ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਮੰਦਿਰ ਖੜ੍ਹਾ ਕੀਤਾ ਹੈ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਹੀ ਲੁਧਿਆਣੇ ਵਾਸੀਆਂ ਦਾ, ਜਿਨ੍ਹਾਂ ਨੇ ਇਸ ਮੰਦਿਰ ਨੂੰ ਬਣਾਉਣ ਦੇ ਵਿੱਚ ਬਹੁਤ ਸਹਿਯੋਗ ਦਿੱਤਾ। ਲੁਧਿਆਣਾ ਤੋਂ ਅਜੇ ਪਾਹਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।